ਕਿਹਾ ਜੇ ਉਹਨੂੰ ਨੌਲੇਜ ਨਹੀਂ ਧਾਰਮਿਕ ਦੀ ਧਰਮ ਦੀ ਤਾਂ ਬੋਲਦਾ ਕਿਉਂ ਆ ਫਿਰ ਉਹ ਧਰਮ ਬਾਰੇ ਕਦੇ ਉਹ ਕਹਿੰਦਾ ਗ੍ਰੰਥਾਂ 'ਚ ਮਿਲਾਵਟ ਹੈ ਮਿਸ਼ਨਰੀਆਂ ਵਾਲੀ ਬੋਲੀ ਬੋਲਦਾ ਕਦੇ ਕਹੂਗਾ ਗ੍ਰੰਥਾਂ 'ਚ ਮਿਲਾਵਟ ਹੈ ਤਾਂ ਜੇ ਤੈਨੂੰ ਨੌਲੇਜ ਹੈ ਨਹੀਂ ਤੂੰ ਬੋਲਦਾ ਕਿਉਂ ਹੈ ਸਨਮਾਨ ਕਰਨ ਲੱਗੇ ਸੀਗੇ ਤੁਸੀਂ ਤੇ ਵੀ ਗੱਲ ਕਹੀ ਆ ਸਨਮਾਨ ਕਰਨ ਲੱਗੇ ਸੀ ਮਤਲਬ ਕੋਈ ਸਾਡਾ ਉਹ ਪਰਸਨਲੀ ਉਹਦੇ ਨਾਲ ਵੈਰ ਨਹੀਂ ਉਹ ਆਪਣੀ ਜਿਹੜੀ ਬੋਲ ਬਾਣੀ ਹੈ ਉਹ ਸੁਧਾਰੇ ਅਸੀਂ ਨੌ ਟਾਊਨ ਦੀ ਬਾਹਰ ਲੱਖਾਂ ਸੁਧਾਣਾ ਸਾਰਿਆਂ ਦੀ ਉਹ ਗੱਲ ਕਰੀ ਹੈ ਬਾਕੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਹਾਂਜੀ ਸਾਡਾ ਕੋਈ ਟਾਰਗੇਟ ਨਹੀਂ ਲੱਖਾਂ ਸੁਧਾਣਾ ਕਿਉਂਕਿ ਤੁਸੀਂ ਸਵਾਲ ਪੁੱਛਿਆ ਹਾਂਜੀ ਉਹਦਾ ਜਵਾਬ ਸਾਨੂੰ ਜ਼ਰੂਰ ਦੇਣਾ ਚਾਹੀਦਾ ਸੀ ਕਿਉਂ ਅਸੀਂ ਉਹਦਾ ਜਵਾਬ ਦਿੱਤਾ ਹੈ ਕੋਈ ਉਹ ਸਾਡਾ ਟਾਰਗੇਟ ਨਹੀਂ ਠੀਕ ਆ ਹਾਂ ਤੁਹਾਨੂੰ ਅਸੀਂ ਜਦੋਂ ਸ਼ੁਰੂਆਤ ਕਰੀ ਹੈ ਪਹਿਲਾਂ ਕਹਤਾ ਵੀ ਸਾਡੀ ਉਹਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਪਰ ਉਹ ਇਨਵੋਲਵ ਆ ਤੁਸੀਂ ਤੇ ਵੀ ਕਿਹਾ ਬਈ ਤੁਸੀਂ ਤਾਂ ਆਪ ਉਹਨੂੰ ਸਨਮਾਨ ਕਰਨ ਲੱਗੇ ਸੀਗੇ ਤੁਸੀਂ ਤੇ ਵੀ ਗੱਲ ਕਹੀ ਆ ਸਨਮਾਨ ਤਾਂ ਕਰਨ ਲੱਗੇ ਸੀ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਬਾਰੇ ਬੋਲਿਆ ਉਹ ਉਦੋਂ ਬਾਅਦ ਸਾਡਾ ਮਨ ਟੁੱਟ ਗਿਆ ਜੇ ਉਹਨੂੰ ਨੌਲੇਜ ਨਹੀਂ ਧਾਰਮਿਕ ਦੀ ਧਰਮ ਦੀ ਤਾਂ ਬੋਲਦਾ ਕਿਉਂ ਆ ਫਿਰ ਉਹ ਧਰਮ ਬਾਰੇ ਹਾਂ ਠੀਕ ਆ ਕਦੇ ਉਹ ਕਹਿੰਦਾ ਗ੍ਰੰਥਾਂ 'ਚ ਮਿਲਾਵਟ ਹੈ ਮਿਸ਼ਨਰੀਆਂ ਵਾਲੀ ਬੋਲੀ ਬੋਲਦਾ ਕਦੇ ਕਹੂਗਾ ਗ੍ਰੰਥਾਂ 'ਚ ਮਿਲਾਵਟ ਹੈ ਤਾਂ ਜੇ ਤੈਨੂੰ ਨੌਲੇਜ ਹੈ ਨਹੀਂ ਤੂੰ ਬੋਲਦਾ ਕਿਉਂ ਹੈ ਹਾਂ ਜਿੱਦਾਂ ਮਤਲਬ ਕਈ ਵਾਰੀ ਉਹ ਹੀ ਚੀਜ਼ ਹੁੰਦੀ ਆ ਵੀ ਜੇ ਤਾਂ ਅਸੀਂ ਗੱਲ ਕਰਦੇ ਹਾਂ ਤੇ ਲੋਕਾਂ ਨੂੰ ਇਦਾਂ ਲੱਗਦਾ ਗੱਲ ਕਿਉਂ ਕਰਦੇ ਹਾਂ ਜੇ ਨਹੀਂ ਕਰਦੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਬਣ ਜਾਂਦੇ ਹਾਂ ਕਦੇ ਸੰਤਾਂ ਮਹਾਤਮਾ ਨੂੰ ਚਿੱਟੀ ਸਿਉਂਕ ਦੱਸਦਾ ਅਸੀਂ ਗੱਲ ਮਤਲਬ ਕੋਈ ਸਾਡਾ ਉਹ ਪਰਸਨਲੀ ਉਹਦੇ ਨਾਲ ਵੈਰ ਨਹੀਂ ਉਹ ਆਪਣੀ ਜਿਹੜੀ ਬੋਲ ਬਾਣੀ ਹੈ ਉਹ ਸੁਧਾਰੇ ਠੀਕ ਤੇ ਬਾਕੀ ਜਿੱਦਾਂ ਕਿਸਾਨ ਜਥੇਬੰਦੀਆਂ ਬਾਰੇ ਵੀ ਗੱਲ ਕੀਤੀ ਆ ਕਿ ਉਹਨਾਂ ਨੂੰ ਵੀ ਜਿੱਦਾਂ ਇੰਨਾ ਮਤਲਬ ਇੱਕ ਪਾਸੇ ਨੂੰ ਨਹੀਂ ਖਿੱਚ ਪਾ ਦੇਣੀ ਚਾਹੀਦੀ ਕਿ ਆਹ ਕੀ ਹੋ ਗਿਆ ਤਿਰੰਗਾ ਤਿਰੰਗਾ ਕਰੀ ਜਾਂਦੇ ਆ ਬਈ ਜਿਹੜੀਆਂ ਗੱਲਾਂ ਹੋਈਆਂ ਜਾਂ ਸਿੱਖੀ ਦੇ ਜਿਹੜੇ ਸਿਧਾਂਤ ਆ ਉਹਨੂੰ ਵੀ ਛੱਡ ਨਹੀਂ ਸਕਦੇ ਜਿਹੜੇ ਮੋਰਚੇ ਦੇ ਮਤਲਬ ਮੋਰਚੇ ਨੂੰ ਚਲਾ ਰਿਹਾ ਕਿਸਾਨ ਆਗੂ ਇੱਕ ਹੋਰ ਸੁਣ ਲਓ ਅਸੀਂ ਤਾਂ ਕੋਈ ਪੱਖ ਛੱਡੇ ਹੀ ਨਹੀਂ ਅਸੀਂ ਤਾਂ ਤੁਹਾਡੇ ਕੋਲੇ ਸਪਸ਼ਟ ਕਿਹਾ ਵੀ ਅਸੀਂ ਤਾਂ ਕਾਮਰੇਡਾਂ ਕਰਕੇ ਸਟੇਜ ਤੇ ਨਹੀਂ ਗਏ ਹਾਂ ਕਿਉਂਕਿ ਅਸੀਂ ਬਾਬਾ ਜਰਨੈਲ ਸਿੰਘ ਦਾ ਨਾਂ ਲੈਣਾ ਸੀ ਹੋ ਸਕਦਾ ਰਾਜੇ ਵਾਲ ਉਹਨਾਂ ਨੂੰ ਨਾਂ ਚੰਗਾ ਲੱਗਦਾ ਹਾਂ ਸਹੀ ਗੱਲ ਆ ਅਸੀਂ ਨੌ ਟਾਊਨ ਦੀ ਬਾਹਰ ਲੱਖਾਂ ਸੁਧਾਣਾ ਸਾਰਿਆਂ ਦੀ ਉਹ ਗੱਲ ਕਰੀ ਹੈ ਬਾਕੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਠੀਕ ਪਰ ਜੋ ਸੱਚ ਆ ਉਹ ਕਿਹਾ ਜਾਂਦਾ ਉਹ ਕਿਉਂਕਿ ਇਹ ਇਕੱਲੇ ਕੀ ਕਰ ਰਹੇ ਨੇ ਦੀਪ ਸਿੱਧੂ ਨੂੰ ਇਹ ਟਾਰਗੇਟ ਕਰੀ ਜਾਂਦੇ ਨੇ ਜਿਵੇਂ ਕੋਈ ਬੰਬ ਚਲਾਤਾ ਹੁੰਦਾ ਉਹਨੇ